ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਯੂਕੇ ਅਤੇ ਯੂਰਪ ਦੇ ਵਿੱਚ ਵਸਦੇ ਸਾਰੇ ਵਿਊਅਰਸ ਦਾ ਨਿੱਘਾ ਸਵਾਗਤ ਕਰਦਾ ਤੇ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਸ਼ੋਅ ਅੱਜ ਦਾ ਮੁੱਦਾ ਵਿਚਾਰ ਵਟਾਂਦਰਾ। ਇਸ ਪ੍ਰੋਗਰਾਮ ਦੇ ਤਹਿਤ ਅਸੀਂ ਰੋਜ਼ਾਨਾ ਕਰਦੇ ਹਾਂ, ਤੁਸੀਂ ਆਪਣੇ ਪ੍ਰਤੀਕਰਮ ਆਪਣੇ ਤਰਕ ਵੀ ਸਾਨੂੰ ਦਿੰਦੇ ਹੋ। ਅੱਜ ਵੀ ਅਸੀਂ ਇਸ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇੱਕ ਇੰਟਰਨੈਸ਼ਨਲ ਪੱਧਰ ਦੇ ਉੱਤੇ ਜੋ ਕਿ ਪਬਲਿਕ ਡੋਮੇਨ ਦੇ ਉੱਤੇ ਇਸ ਟਾਈਮ ਗੱਲ ਹੋ ਰਹੀ ਹੈ ਉਸ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਜਸ ਬ੍ਰੋਡਕਾਸਟਿੰਗ ਦੀ ਟੀਮ ਪਿਛਲੇ ਕਈ ਹਫ਼ਤਿਆਂ ਤੋਂ ਔਰ ਪਿਛਲੇ ਕਈ ਸਮੇਂ ਤੋਂ ਇਸ ਪ੍ਰੋਗਰਾਮ ਦੇ ਤਹਿਤ ਤੁਹਾਡੇ ਸਾਹਮਣੇ ਇਸ ਇਸ਼ੂ ਨੂੰ ਲੈ ਕੇ ਆ ਰਹੀ ਹੈ ਔਰ ਲਗਾਤਾਰ ਅਸੀਂ ਗੱਲਬਾਤ ਵੀ ਕਰ ਰਹੇ ਹਾਂ ਔਰ ਗੱਲਬਾਤ ਕਰਦੇ ਕਰਦੇ ਸਾਨੂੰ ਇੱਕ ਹੋਰ ਵੀ ਗੱਲ ਚੇਤੇ ਸਾਹਮਣੇ ਆਉਂਦੀ ਹੈ ਕਿ ਆਖਿਰਕਾਰ ਇਸ ਵਿਸ਼ੇ ਦਾ ਹੋਏਗਾ ਕੀ। ਸਾਡੇ ਵੱਖਰੇ ਵੱਖਰੇ ਸਾਡੇ ਜਿਹੜੇ ਵੱਖ ਵੱਖ ਹੋਰ ਵੀ ਐਂਕਰਸ ਹਨ ਉਹਨਾਂ ਨੇ ਵੀ ਇਸ ਮੁੱਦੇ ਬਾਰੇ ਗੱਲ ਕੀਤੀ, ਇਸ ਇਸ਼ੂ ਬਾਰੇ ਗੱਲ ਕੀਤੀ ਔਰ ਕੋਸ਼ਿਸ਼ ਕੀਤੀ ਕਿ ਇਸ ਮਸਲੇ ਨੂੰ ਸੰਜੀਦਗੀ ਦੇ ਨਾਲ ਲਿਆ ਜਾਏ ਤਾਂ ਕਿ ਇੱਕ ਵਿਚਾਰ ਵਟਾਂਦਰਾ ਹੋ ਸਕੇ, ਤਾਂ ਕਿ ਤੁਸੀਂ ਆਪਣੇ ਪ੍ਰਤੀਕਰਮ ਸਾਨੂੰ ਦੇ ਸਕੋ। ਔਰ ਜਦ ਗੱਲ ਹੁੰਦੀ ਹੈ ਸੀਰੀਅਸਨੈਸ ਦੀ ਤਾਂ ਸੀਰੀਅਸਨੈਸ ਦੇ ਵਿੱਚ ਸਮਝ ਆਉਂਦਾ ਕਿ ਵਾਕਈ ਹੀ ਗੱਲ ਸੀਰੀਅਸ ਹੈ ਕਿ ਨਹੀਂ, ਇਸ ਗੱਲ ਦੇ ਉੱਤੇ ਕੋਈ ਵਾਕਈ ਹੀ ਸੀਰੀਅਸ ਹੋ ਕੇ ਗੱਲ ਕਰਨਾ ਚਾਹੁੰਦਾ ਹੈ ਕਿ ਨਹੀਂ। ਇਹ ਫਿਰ ਆਵਾਜ਼ ਜਿਹੜੀ ਹੈ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਹਾਂ ਕੋਈ ਮੇਰੀ ਵੀ ਸੁਣ ਲਵੋ ਔਰ ਇਹ ਗੱਲ ਜਿਹੜੀ ਹੈ ਇੱਕ ਪਰਿਵਾਰ ਦੇ ਵਿੱਚ ਹੋ ਰਹੀ ਹੈ। ਅੱਜ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ, ਇੱਕ ਪਰਿਵਾਰ ਸੀਗਾ, ਬਹੁਤ ਵਧੀਆ ਪਰਿਵਾਰ ਸੀਗਾ ਔਰ ਬਹੁਤ ਗੁੱਡਵਿਲ ਵਾਲਾ ਪਰਿਵਾਰ ਸੀਗਾ। ਉਹਦੀ ਇੰਨੀ ਵਧੀਆ ਭੂਮਿਕਾ ਸੀਗੀ ਚਾਹੇ ਉਹ ਆਪਣੇ ਘਰ ਦੇ ਵਿੱਚ ਚਾਹੇ ਉਹ ਦੂਜੇ ਘਰਾਂ ਦੇ ਵਿੱਚ, ਲੇਕਿਨ ਉਹਦੀ ਗੁੱਡਵਿਲ ਇੰਨੀ ਵਧੀਆ ਸੀਗੀ ਕਿ ਕਿੱਥੇ ਨਾ ਕਿੱਥੇ ਉਹ ਗੱਲ ਸਾਹਮਣੇ ਜ਼ਰੂਰ ਆਈ ਕਿ ਜਦ ਪਰਿਵਾਰ ਦੇ ਵਿੱਚ ਵਿਛੋੜਾ ਹੋ ਗਿਆ। ਲੇਕਿਨ ਵਿਛੋੜਾ ਕਿਵੇਂ ਹੋਇਆ? ਇੱਕ ਪਹਿਲਾ ਪਰਿਵਾਰ ਅਤੇ ਮੈਂ ਦੂਜੇ ਪਰਿਵਾਰ ਦੀ ਗੱਲ ਕਰ ਰਿਹਾ। ਪਹਿਲਾ ਪਰਿਵਾਰ ਅਸੀਂ ਮੰਨ ਲੈਂਦੇ ਹਾਂ ਫੋਰ ਐਗਜ਼ਾਮਪਲ ਏ, ਦੂਜਾ ਪਰਿਵਾਰ ਫੋਰ ਐਗਜ਼ਾਮਪਲ ਬੀ। ਏ ਪਰਿਵਾਰ ਦੇ ਵਿੱਚ ਦੋਸਤੀ ਹੋਈ, ਉਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਘਰ ਦੇ ਵਿੱਚ ਹੁੰਦਾ ਸੀਗਾ ਔਰ ਜੋ ਬੀ ਪਰਿਵਾਰ ਦੇ ਵਿੱਚ ਸਭ ਤੋਂ ਵੱਡਾ ਉਹਨਾਂ ਦੇ ਘਰ ਦੇ ਵਿੱਚ ਹੁੰਦਾ ਸੀਗਾ, ਬੜੀ ਜ਼ਬਰਦਸਤ ਦੋਸਤੀ ਸੀਗੀ। ਬਹੁਤ ਐਵੇਂ ਕਹੋ ਕਿ ਤੁਸੀਂ ਕਿ ਉਹਨਾਂ ਨੇ ਇਕੱਠੇ ਬਹਿਣਾ, ਇਕੱਠੇ ਖਾਣਾ ਖਾਣਾ ਔਰ ਇਕੱਠੇ ਹੀ ਸਾਰੇ ਕੰਮ ਨੂੰ ਅਮਲੀ ਜਾਮਾ ਪਹਿਨਾਉਣਾ, ਐਵੇਂ ਦੋਸਤੀ ਸੀਗੀ ਏ ਪਰਿਵਾਰ ਦੇ ਬਜ਼ੁਰਗ ਦੀ, ਬੀ ਪਰਿਵਾਰ ਦੇ ਬਜ਼ੁਰਗ ਦੀ, ਵੱਡੇ ਦੋਨੋਂ ਵੱਡਿਆਂ ਦੀ। ਲੇਕਿਨ ਇੱਕ ਦੌਰ ਆਇਆ, ਸੀ ਪਰਿਵਾਰ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚ ਆ ਗਿਆ, ਯਾਨੀ ਕਿ ਏ ਪਰਿਵਾਰ ਬੀ ਪਰਿਵਾਰ, ਸੀ ਪਰਿਵਾਰ ਜਿਹੜਾ ਇਹਨਾਂ ਦੋਨਾਂ ਦੇ ਵਿੱਚ ਆਇਆ ਕਿ ਇਹਨਾਂ ਦੋਨਾਂ ਨੂੰ ਵੱਖ ਵੱਖ ਕਰਨਾ, ਜੋ ਉਹਨੇ ਕਰ ਵੀ ਦਿੱਤਾ। ਏ ਪਰਿਵਾਰ ਵੱਖ ਹੋ ਗਿਆ, ਬੀ ਪਰਿਵਾਰ ਵੱਖ ਹੋ ਗਿਆ, ਮੌਜਾਂ ਲੁੱਟ ਗਿਆ ਸੀ ਪਰਿਵਾਰ। ਔਰ ਜਦ ਇਸ ਪਰਿਵਾਰ ਨੇ ਮੌਜਾਂ ਲੁੱਟ ਲਈਆਂ ਤਾਂ ਠਾਕੇ ਮਾਰੇ, ਦੇਖੋ ਮੈਂ ਏ ਨੂੰ ਵੀ ਅੱਡ ਕਰਤਾ ਅਤੇ ਬੀ ਨੂੰ ਵੀ ਅੱਡ ਕਰਤਾ ਔਰ ਆਪ ਮੈਂ ਮੌਜ ਲੈਣ ਡਿਆ ਔਰ ਜੋ ਕੀਤਾ ਵੀ। ਸੀ ਪਰਿਵਾਰ ਨੇ ਇਹ ਮੌਜ 1, 2, 3, 4, 5, 6, 7, 8, 9, 10 ਸਾਲ ਨਹੀਂ ਲਈ, 200 ਸਾਲ ਲਈ ਇਸ ਸੀ ਪਰਿਵਾਰ ਨੇ ਔਰ ਇਹਨੇ ਏ ਪਰ ਏ ਦੇ ਪਰਿਵਾਰ ਨੂੰ ਔਰ ਬੀ ਦੇ ਪਰਿਵਾਰ ਨੂੰ ਵੱਖ ਕਰਕੇ ਰੱਖਤਾ। ਅੱਜ 75 ਸਾਲ ਹੋ ਗਏ, ਲਗਭਗ 75 ਈਅਰਸ ਹੋ ਗਏ ਇਹ ਦੋਨੋਂ ਪਰਿਵਾਰ ਜਿਹੜੇ ਨੇ ਵੱਖ ਵੱਖ ਨੇ। ਸੀ ਪਰਿਵਾਰ ਵੀ ਆਪਣੇ ਮੁਲਕ ਵਾਪਸ ਪਰਤ ਗਿਆ ਕਿਉਂਕਿ ਉਹਨੇ ਕਿਹਾ ਕਿ ਮੈਂ ਵੱਖਰਾ ਕਰਨਾ ਸੀਗਾ ਜੋ ਮੈਂ ਕਰਤਾ ਔਰ ਇਸ ਕੰਮ ਦੇ ਵਿੱਚ ਮੈਂ ਹਾਸਿਲ ਕਰ ਲਈ ਉਹ ਸਾਰੀ ਚੀਜ਼ਾਂ ਜੋ ਮੈਂ ਹਾਸਿਲ ਕਰਨਾ ਚਾਹੁੰਦਾ ਸੀਗਾ ਸੀ ਪਰਿਵਾਰ ਨੇ ਹਾਸਿਲ ਕਰ ਲਈ। ਕਹਿਣ ਦਾ ਭਾਵ ਤੁਸੀਂ ਸਮਝ ਰਹੇ ਹੋਵੋਗੇ, ਇਹ ਪਰਿਵਾਰ ਸੀਗਾ ਭਾਰਤ, ਬੀ ਪਰਿਵਾਰ ਸੀਗਾ ਪਾਕਿਸਤਾਨ ਔਰ ਸੀ ਪਰਿਵਾਰ ਸੀਗਾ ਬਰਤਾਨੀਆ ਸਰਕਾਰ। ਵੱਖਰਾ ਇਹਨਾਂ ਨੇ ਦੋਵੇਂ ਮੁਲਕਾਂ ਨੂੰ ਕਰਤਾ, ਬਜ਼ੁਰਗਾਂ ਦੇ ਵਿੱਚ ਇਸ ਕਰਕੇ ਮਤਭੇਦ ਪੈਦਾ ਕਰਾਤੇ ਕਿ ਤੂੰ ਦੋਨੋਂ ਪਰਿਵਾਰਾਂ ਦਾ ਸਭ ਤੋਂ ਵੱਡਾ ਘਰ ਦਾ ਮੈਂਬਰ ਬਣ।
ਏ ਪਰਿਵਾਰ ਕਹਿੰਦਾ ਨਹੀਂ ਮੈਂ ਬਣਾਂਗਾ, ਬੀ ਪਰਿਵਾਰ ਕਹਿੰਦਾ ਮੈਂ ਬਣਾਂਗਾ, ਤਾਂ ਸੀ ਨੇ ਕਿਹਾ ਤੁਸੀਂ ਦੋਨੋਂ ਵੱਖ ਵੱਖ ਆਪਣੇ ਪਰਿਵਾਰਾਂ ਦੇ ਬਣ ਜਾਓ, ਤੂੰ ਆਪਣਾ ਹਿੱਸਾ ਇੱਥੇ ਰੱਖ, ਤੂੰ ਆਪਣਾ ਹਿੱਸਾ ਇੱਥੇ ਰੱਖ। ਲੇਕਿਨ ਹੋਇਆ ਕੀ ਐਂਡ ਆਫ ਦਾ ਡੇ, ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਉਹਨਾਂ ਦੇ ਵਿੱਚ ਵੰਡ ਪੈ ਗਈ ਬਜ਼ੁਰਗਾਂ ਦੇ ਕਰਕੇ। ਜਿਹੜਾ ਉਹਨਾਂ ਆਪਸੀ ਭਾਈਚਾਰਾ ਸੀਗਾ ਉਹਦੇ ਵਿੱਚ ਮਤਭੇਦ ਪੈਦਾ ਹੋ ਗਏ, ਜੈਲਸ ਫੈਕਟਰ ਆ ਗਿਆ, ਈਗੋ ਫੈਕਟਰ ਆ ਗਿਆ, ਵੱਖ ਵੱਖ ਜਿਹੜੇ ਫੈਕਟਰ ਸੀਗੇ ਉਹ ਸਾਹਮਣੇ ਆ ਗਏ। ਲੇਕਿਨ ਅੱਜ ਇੰਟਰਨੈਸ਼ਨਲ ਪੱਧਰ 'ਤੇ ਆਵਾਜ਼ ਦੁਬਾਰਾ ਉੱਠ ਰਹੀ ਹੈ ਕਿ ਇਹ ਦੋਵੇਂ ਪਰਿਵਾਰ ਇਕੱਠੇ ਹੋ ਸਕਣ, ਤੁਹਾਡੇ ਜੋ ਮਤਭੇਦ ਹਨ ਬਜ਼ੁਰਗਾਂ ਦੇ ਉਹ ਰਹਿਣ, ਲੇਕਿਨ ਜਿਹੜੇ ਮੈਂਬਰ ਹਨ ਉਹ ਆਪਸ ਦੇ ਵਿੱਚ ਮਿਲ ਸਕਣ। ਉਹ ਮਿਲ ਕਿਵੇਂ ਸਕਦੇ ਨੇ? ਜਿਹੜੀ ਗੱਲ ਅੱਜ ਇੰਟਰਨੈਸ਼ਨਲ ਪੱਧਰ 'ਤੇ ਕਰਤਾਰਪੁਰ ਕੋਰੀਡੋਰ ਦੀ ਹੋ ਰਹੀ ਹੈ, ਇਹ ਪਰਿਵਾਰ ਸਟੈਪ ਚੁੱਕੇ, ਬੀ ਪਰਿਵਾਰ ਸਟੈਪ ਚੁੱਕੇ, ਦੋਨਾਂ ਦੇ ਵਿੱਚ ਇਹ ਕੋਰੀਡੋਰ ਬਣਾ ਦਿੱਤਾ ਜਾਵੇ ਤਾਂ ਕਿ ਆਪਸ ਦੇ ਵਿੱਚ ਮੁਲਾਕਾਤ ਹੋ ਸਕੇ। ਇਹ ਰਿਪੋਰਟ ਹੈ ਮੈਂ ਜਿਹੜੀ ਤੁਹਾਨੂੰ ਦਿਖਾਉਣ ਜਾ ਰਿਹਾ, ਇਹ ਕੁਝ ਬਿਆਨ ਕਰ ਰਹੀ ਹੈ, ਇਸ ਰਿਪੋਰਟ ਨੂੰ ਵੇਖੋ ਫਿਰ ਅਸੀਂ ਆਪਣਾ ਮੁੱਦਾ ਵੀ ਜਾਰੀ ਰੱਖਾਂਗੇ। ਪਾਕਿਸਤਾਨ ਭਾਰਤ ਵੱਲ ਦੋਸਤੀ ਦਾ ਕਦਮ ਵਧਾ ਰਿਹਾ ਹੈ। ਪਾਕਿਸਤਾਨ ਚਾਹੁੰਦਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਸੁਖਾਲਾ ਬਣਾਇਆ ਜਾਏ। ਇਹ ਦਾਅਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਕਰਦੀ ਹੈ, ਜਿਸ 'ਚ ਖਾਨ ਨੇ ਅਪੀਲ ਕੀਤੀ ਹੈ ਕਿ ਪਾਕਿਸਤਾਨ ਤੇ ਭਾਰਤ ਦੇ ਵਿਦੇਸ਼ ਮੰਤਰੀ ਆਪਸ 'ਚ ਗੱਲਬਾਤ ਕਰਨ। ਉਧਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਲਈ ਭਾਰਤ ਨੇ ਵੀ ਹਾਮੀ ਭਰ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨ ਲਈ ਭਾਰਤ ਤਿਆਰ ਹੈ। ਪਾਕਿਸਤਾਨ ਕੇ ਰਿਕੁਐਸਟ ਕੇ ਬਾਅਦ ਹਮਨੇ ਯਹ ਤੈਅ ਕੀਆ ਹੈ ਕਿ ਹਮਾਰੇ ਵਿਦੇਸ਼ ਮੰਤਰੀ ਔਰ ਪਾਕਿਸਤਾਨ ਕੇ ਵਿਦੇਸ਼ ਮੰਤਰੀ ਕੇ ਬੀਚ ਨਿਊਯਾਰਕ ਮੇ UNGA ਕੇ ਸਾਈਡਲਾਈਨਸ ਮੇ ਯਹ ਮੀਟਿੰਗ ਹੋਗੀ। ਜੋ ਸਮੇਂ ਹੈ, ਜੋ ਤਾਰੀਖ ਹੈ, ਉਹ ਜੋ ਹਮ ਦੋਨੋਂ ਕੇ ਪਰਮਾਨੈਂਟ ਮਿਸ਼ਨ ਹੈ ਉਨ ਦੋਨੋਂ ਕੇ ਬੀਚ ਮੇ ਕੰਸਲਟੇਸ਼ਨ ਸੇ ਇਸਕੋ ਤੈਅ ਕੀ ਜਾਏਗੀ। ਇੰਨਾ ਹੀ ਨਹੀਂ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਹ ਵੀ ਕਿਹਾ ਕਿ ਵਿਦੇਸ਼ ਮੰਤਰੀ ਪਾਕਿਸਤਾਨ ਅੱਗੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਵੀ ਚੁੱਕਣਗੇ। ਉਹਨਾਂ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ, ਬਲਕਿ 1999 ਤੋਂ ਇਹ ਮੁੱਦਾ ਪਾਕ ਅੱਗੇ ਲਗਾਤਾਰ ਚੁੱਕਿਆ ਜਾ ਰਿਹਾ ਹੈ। ਫਿਰ ਭਾਵੇਂ ਉਹ ਮਰਹੂਮ ਪ੍ਰਧਾਨ ਮੰਤਰੀ ਵਾਜਪੇਈ ਨੇ ਚੁੱਕਿਆ ਹੋਵੇ ਜਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ, ਪਰ ਪਾਕ ਵਾਲੇ ਪਾਸਿਓਂ ਕਦੇ ਹਾਂ ਪੱਕੀ ਉਂਗਾਰਾ ਨਹੀਂ ਮਿਲਿਆ। ਕਰਤਾਰਪੁਰ ਸਾਹਿਬ ਇਜ਼ ਨਾਟ ਪਾਰਟ ਆਫ ਦਿਸ ਲਿਸਟ ਐਂਡ ਇਫ ਯੂ ਸਟਾਰਟ ਦਿਸ ਪ੍ਰੋਸੈਸ ਆਈ ਹੈਵ ਟੂ ਗੋ ਬੈਕ ਟੂ 1999 ਵੈਨ ਡਿਊਰਿੰਗ ਦ ਵਿਜ਼ਿਟ ਆਫ ਦੈਨ ਪ੍ਰਾਈਮ ਮਿਨਿਸਟਰ ਸ਼੍ਰੀ ਵਾਜਪੇਈ ਜੀ ਟੂ ਲਾਹੌਰ, ਦਿਸ ਇਸ਼ੂ ਵਾਜ਼ ਰੇਜ਼ਡ ਐਂਡ ਦਿਸ ਵਾਜ਼ ਟੂ ਕੰਸੀਡਰ ਅ ਵੀਜ਼ਾ ਫਰੀ ਵਿਜ਼ਿਟ ਟੂ ਦ ਸ਼ਰਾਈਨ, ਬਟ ਦੇਰ ਵਾਜ਼ ਨੋ ਰਿਸਪੋਂਸ ਫਰੋਮ ਦ ਪਾਕਿਸਤਾਨੀ ਸਾਈਡ। Even now, after so many years, we do not have any official communication from the Pakistani government that they are willing to consider this matter. EM will therefore raise this issue in her meeting with the Pakistani foreign minister on the sidelines of the UNGA. Mr. Sidhu met the external affairs minister. He also raised the same issue, to which EM replied that this issue has already been flagged to her by Minister Harsimrat Kaur Badal ji, that she will take up the matter with the Pakistani government, Pakistani side, at the earliest opportunity. ਗੌਰਤਲਬ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਨਿਊਯਾਰਕ 'ਚ 25 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜੋ ਕਿ ਅਗਲੇ 9 ਦਿਨ ਤੱਕ ਚੱਲੇਗੀ। ਇਸ ਦੌਰਾਨ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਵੀ ਬੈਠਕ ਦੀਆਂ ਤਿਆਰੀਆਂ ਨੇ। ਇਸ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਲਾਕਾਤ ਤੈਅ ਮੰਨੀ ਜਾ ਰਹੀ ਹੈ। ਨਿਊਜ਼ ਡੈਸਕ ਰਿਪੋਰਟ, ਜਸ ਟੀਵੀ। ਤਾਂ ਮੁਲਾਕਾਤ ਤਾਂ ਹੋਣ ਜਾ ਰਹੀ ਹੈ, ਲੇਕਿਨ ਇਸ ਮੁਲਾਕਾਤ ਦੇ ਵਿੱਚ ਕੀ ਏ ਪਰਿਵਾਰ ਔਰ ਬੀ ਪਰਿਵਾਰ ਦੇ ਵਿੱਚ ਮੁਲਾਕਾਤ ਹੋ ਪਾਏਗੀ? ਕੀ ਇਹਨਾਂ ਬਜ਼ੁਰਗਾਂ ਦੀ ਆਪਸੀ ਰੰਜਿਸ਼ ਕਹਿ ਲਈਏ ਜਾਂ ਮਤਭੇਦ ਕਹਿ ਲਈਏ ਉਹ ਦੂਰ ਹੋ ਪਾਣਗੇ, ਇੱਕ ਡਾਇਲੋਗ ਹੋਏਗਾ, ਨਹੀਂ ਤਾਂ ਫਿਰ ਕੋਈ ਹੋਰ ਪਰਿਵਾਰ ਆ ਕੇ ਮਤਭੇਦ ਜ਼ਿਆਦਾ ਕਰਵਾ ਕੇ
ਇਹਨਾਂ ਪਰਿਵਾਰਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰੇਗਾ। ਮਿਲ ਸਕਦੇ ਨੇ ਜਾਂ ਦੋਨੋਂ ਪਰਿਵਾਰ, ਏ ਔਰ ਬੀ ਪਰਿਵਾਰ ਦੋਨੋਂ ਮਿਲ ਸਕਦੇ ਹਨ, ਜੋ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਇਸ ਟਾਈਮ ਗੱਲ ਹੋ ਰਹੀ ਹੈ ਕਰਤਾਰਪੁਰ ਕੋਰੀਡੋਰ ਦੀ। ਇਸੇ ਬਾਰੇ ਕਰਾਂਗੇ ਅੱਜ ਵਿਚਾਰ ਵਟਾਂਦਰਾ ਇਸ ਮੁੱਦੇ ਦੇ ਵਿੱਚ, ਇਸ ਬ੍ਰੇਕ ਤੋਂ ਉਸ ਪਾਰ।